ਦਿੱਲੀ ਅੰਦੋਲਨ ਦਾ ਦੂਜਾ ਭਾਗ ਅੱਜ ਤੋਂ ਸ਼ੁਰੂ ਹੋ ਰਿਹਾ ਆ। ਅੱਜ ਤੋਂ ਦਿੱਲੀ ਅੰਦੋਲਨ ਸ਼ੁਰੂ ਹੋਣ ਜਾ ਰਿਹਾ। ਕਿਸਾਨ ਹੁਣ ਸ਼ੰਭੂ ਕ੍ਰੋਸ ਕਰਨ ਦੀ ਤਿਆਰੀਆਂ ਦੇ ਵਿੱਚ ਨੇ ਔਰ ਜਲਦ ਹੀ ਦਿੱਲੀ ਦੇ ਵੱਲ ਕਿਸਾਨਾਂ ਦੀ ਕੂਚ ਕਰ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸੇ ਦੇ ਵਿਚਾਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਕਿਸਾਨਾਂ ਦੀ ਕੂਚ ਤੋਂ ਪਹਿਲਾਂ ਸਰਵਨ ਸਿੰਘ ਪੰਧੇਰ ਲੋਕਾਂ ਦੇ ਨਾਲ, ਆਪਣੇ ਸਮਰਥਕਾਂ ਦੇ ਨਾਲ ਕੁਝ ਡਿਟੇਲਸ ਸਾਂਝੀਆਂ ਕਰ ਰਹੇ ਨੇ। ਤੱਥਾਂ ਦੇ ਆਧਾਰ 'ਤੇ ਉਹਨਾਂ ਨੇ ਕਿਹਾ ਕਿ ਲੜਾਈ ਲੜੀ ਜਾਵੇਗੀ, ਇਸ ਵਾਰ ਪੂਰੇ ਤੱਥ ਲੈ ਕੇ ਅਤੇ ਸਾਹਮਣੇ ਜਾਇਆ ਜਾਵੇਗਾ। ਇਸ ਦੇ ਵਿੱਚ ਭਾਵੇਂ ਉਹ MSP ਦੀਆਂ ਗਰੰਟੀ ਦੀਆਂ ਮੰਗਾਂ ਹੋਣ ਜਾਂ ਫਿਰ ਆਪਣੀ ਮੰਗ ਜਿਹੜੀ ਕਿਸਾਨਾਂ ਦੇ ਉੱਤੇ ਪਏ ਕਰਜ਼ੇ ਮੁਆਫ਼ੀ ਦੀ ਮੰਗ ਹੋਵੇ ਜਾਂ ਫਿਰ ਉਸ ਤੋਂ ਅਲੈਦਾ ਜਿਹੜਾ ਜਬਲਪੁਰ ਹਾਈ ਕੋਰਟ ਦੇ ਵੱਲੋਂ ਹੁਕਮ ਸੁਣਾਇਆ ਗਿਆ ਸੀ MSP ਦੇ ਮੁਤਾਲਿਕ, ਉਹ ਗੱਲਾਂ ਹੋਣ। ਹਰ ਇੱਕ ਚੀਜ਼ ਬਾਰੇ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ। ਔਰ ਬਕੌਲ ਸਰਵਨ ਸਿੰਘ ਪੰਧੇਰ, ਹੁਣ ਪੂਰੇ ਸਥਾਈ ਪੱਧਰ ਦੇ ਉੱਤੇ ਇਸ ਜੰਗ ਨੂੰ ਲੜਿਆ ਜਾਵੇਗਾ। ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਐਲਾਨ ਕਰ ਦਿੱਤਾ ਆ। ਔਰ ਅੱਜ ਤੋਂ, ਅੱਜ 10 ਤੋਂ 11 ਦੇ ਵਿਚਾਲੇ ਕਿਸਾਨ ਜਿਹੜੇ ਨੇ ਉਹ ਸ਼ੰਭੂ ਤੋਂ ਅੱਗੇ ਦਿੱਲੀ ਵੱਲ ਨੂੰ ਜਾਣ ਲੱਗ ਜਾਣਗੇ। ਆਪਣੀ ਦਿੱਲੀ ਵੱਲ ਦੀ ਕੂਚ ਜਿਹੜੀ ਆ ਉਹ ਕਿਸਾਨ ਆਰੰਭ ਦੇਣਗੇ, ਜਿਸ ਨੂੰ ਲੈ ਕੇ ਦੂਜੇ ਪਾਸੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਭਾਵੇਂ ਉਹ ਹਰਿਆਣਾ ਪੁਲਿਸ ਹੋਵੇ, ਹਰਿਆਣਾ ਪ੍ਰਸ਼ਾਸਨ ਹੋਵੇ ਜਾਂ ਦੂਜੇ ਪਾਸੇ ਦਿੱਲੀ ਦਾ ਪ੍ਰਸ਼ਾਸਨ ਹੋਵੇ, ਹੁਣ ਹਾਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਲੰਘੇ ਕੱਲ੍ਹ ਤੋਂ 144 ਜਿਹੜੀ ਹੈ ਉਹ ਦਿੱਲੀ ਦੇ ਵਿੱਚ ਲਾਈ ਗਈ ਹੈ। ਦੂਜੇ ਪਾਸੇ ਹਰਿਆਣੇ ਦੇ ਵਿੱਚ ਜੇ ਗੱਲ ਕਰੀਏ ਤਾਂ ਸਰਹੱਦੀ ਏਰੀਆ ਦੇ ਵਿੱਚ ਵੱਡੇ ਪੱਧਰ 'ਤੇ ਪੁਲਿਸ ਦੀ ਤਾਇਨਾਤੀ, ਆਰਮੀ ਦੀ ਤਾਇਨਾਤੀ ਜਿਹੜੀ ਹੈ ਉਹ ਨਜ਼ਰ ਆਉਣ ਲੱਗ ਗਈ ਹੈ। ਲੰਘੇ ਕੱਲ੍ਹ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਬੈਰੀਗੇਟਿੰਗ ਦੇ ਲਾਗੇ ਚਾਗੇ ਸਿੱਟੇ ਜਾ ਰਹੇ ਸੀ ਤਾਂ ਕਿ ਲੋਕਾਂ ਨੂੰ ਉਸ ਥਾਂ ਤੋਂ ਨਖੇੜਿਆ ਜਾ ਸਕੇ। ਪਰ ਹੁਣ ਕਿਸਾਨ ਜਿਹੜੇ ਨੇ ਹੁੰਮ ਹਮਾ ਕੇ ਉੱਥੇ ਪਹੁੰਚਣ ਲੱਗ ਪਏ ਨੇ। ਰਾਤ ਤੋਂ ਹੀ ਕਿਸਾਨਾਂ ਦਾ ਜਿਹੜਾ ਵੱਡਾ ਕਾਫਲਾ ਆ ਉਹ ਸ਼ੰਭੂ ਵੱਲ ਨੂੰ ਤੁਰਦਾ ਨਜ਼ਰ ਆ ਰਿਹਾ ਸੀ। ਰਾਤ ਉਡੀਕ ਕੀਤੀ ਜਾ ਰਹੀ ਸੀ ਮੀਟਿੰਗ ਦੀ, ਅਤੇ ਮੀਟਿੰਗ ਤੋਂ ਬਾਅਦ ਆਖਿਰਕਾਰ ਹੁਣ ਉਹ ਸਮਾਂ ਆ ਚੁੱਕਿਆ ਆ ਜਦੋਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਖੜੋਤੇ ਹੋਏ ਨੇ। ਕਾਫਲੇ ਜਿਹੜੇ ਨੇ ਉਹ ਕਤਾਰਾਂ ਬੰਨ੍ਹ ਕੇ ਖੜੇ ਨੇ ਔਰ ਦਿੱਲੀ ਵੱਲ ਨੂੰ ਮੂੰਹ ਟਰੈਕਟਰ ਟਰਾਲੀਆਂ ਦੇ ਕੀਤੇ ਹੋਏ ਨੇ। ਜਦੋਂ ਵੀ ਮਗਰੋਂ ਹੁਕਮ ਆ ਜਾਵੇਗਾ ਤਾਂ ਟਰੈਕਟਰ ਟਰਾਲੀਆਂ ਨੂੰ ਦਿੱਲੀ ਵੱਲ ਨੂੰ ਔਨ ਕਰ ਦਿੱਤਾ ਜਾਵੇਗਾ, ਉੱਧਰ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ ਜਾਣਗੀਆਂ। ਜੋ ਵੀ ਹੋਏਗਾ ਆਉਂਦੇ ਸਮੇਂ ਵਕਤੋ ਵਕਤ ਤੁਹਾਨੂੰ ਦੱਸਦੇ ਰਹਾਂਗੇ। ਪਰ ਉਸ ਤੋਂ ਪਹਿਲਾਂ ਸਰਵਨ ਸਿੰਘ ਪੰਧੇਰ ਦਾ ਜੋ ਬਿਆਨ ਸਾਹਮਣੇ ਆਇਆ, ਆਓ ਸੁਣ ਲੈਂਦੇ ਹਾਂ। SKM ਗੈਰ ਰਾਜਨੀਤਿਕ ਅਤੇ KMM ਵੱਲੋਂ ਜਿਹੜਾ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ, ਅੱਜ ਉਹ 13-13 ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ 13-13 ਦੇ ਨਾਂ 'ਤੇ ਇਹ ਰੱਖਿਆ ਗਿਆ ਸੀ ਦਿਹਾੜਾ, ਉਹ ਦਿਨ ਹੈਗਾ ਵਾ। ਔਰ ਜਿੱਥੋਂ ਤੱਕ ਸਰਕਾਰ ਨਾਲ ਗੱਲਬਾਤ ਦਾ ਸਵਾਲ ਆ, ਜਿਹੜੀ ਅਸੀਂ MSP ਖਰੀਦ ਦੀ ਗਰੰਟੀ ਦੇ ਕਾਨੂੰਨ 'ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਨੋਟੀਫਾਈ ਕਰ ਦਿਓ, ਅੱਜ ਦੀ ਮੀਟਿੰਗ ਵਿੱਚ ਐਲਾਨ ਕਰ ਦਿਓ ਵੀ ਸਰਕਾਰ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਊਗੀ, ਅੱਗੇ ਉਹਦੀ ਪ੍ਰਕਿਰਿਆ ਕੀ ਹੁੰਦੀ ਆ ਅਪਣਾ ਲਾਂਗੇ, ਕੋਈ ਗੱਲ ਨਹੀਂ। ਔਰ ਸਰਕਾਰ ਦੀ ਮਨਸ਼ਾ ਹੁੰਦੀ ਆ ਵੀ ਖੇਤੀਬਾੜੀ ਮੰਤਰੀ ਦੇ ਹੇਠ ਕੋਈ ਬਾਅਦ 4 ਬੰਦੇ ਕਮੇਟੀ ਬਣਾ ਲਓ, ਕੋਈ ਹੋਰ ਕਮੇਟੀ ਬਣਾ ਲਓ। ਅਸੀਂ ਉਹਨਾਂ ਗਾੜੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ, ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਸਵਾਇਮ ਪ੍ਰਧਾਨ ਮੰਤਰੀ ਜੀ ਜਿਹੜੇ ਕੰਜ਼ੂਮਰ ਅਫੇਅਰ ਦੇ ਚੇਅਰਪਰਸਨ ਸੀਗੇ 2012 ਦੇ ਵਿੱਚ, ਠੀਕ ਆ, ਉਹਨਾਂ ਨੇ ਖੁਦ ਸਿਫਾਰਿਸ਼ ਕੀਤੀ ਹੋਈ ਆ ਵੀ ਕਿਸਾਨਾਂ ਨੂੰ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਮਿਲਣਾ ਚਾਹੀਦਾ। ਉਹਨਾਂ ਦੀ ਕਮੇਟੀ ਰੱਖ ਦਿੱਤੀ। 2018 ਦੇ ਵਿੱਚ ਕੇਂਦਰ ਦੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਉਹਦੇ ਸਚਿਵ ਨੇ ਚਿੱਠੀ ਲਿਖ ਕੇ ਦਿੱਤੀ ਆ
ਵੀ ਅਸੀਂ MSP ਖਰੀਦ ਦੀ ਗਰੰਟੀ ਤੇ ਆ ਸਾਰੀਆਂ ਗੱਲਾਂ ਕਹਿ ਕੇ ਕਾਨੂੰਨ ਬਣਾਵਾਂਗੇ। ਇੱਕ ਜਬਲਪੁਰ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਵੀ ਕਿਸਾਨਾਂ ਦੀ MSP ਖਰੀਦ ਦੀ ਗਰੰਟੀ ਤੋਂ ਹੇਠਾਂ ਫਸਲ ਨਹੀਂ ਖਰੀਦੀ ਜਾਣੀ ਚਾਹੀਦੀ। ਅਸੀਂ ਬੜੇ ਫੈਕਟਾਂ ਸਮੇਤ ਉਹ ਚੀਜ਼ਾਂ ਉਹਨਾਂ ਦੇ ਗਾੜੀ ਰੱਖੀਆਂ। ਜਿਹੜੀ CACP ਆ ਜਿਹਦੇ ਰਾਹੀਂ ਇਹ ਸਾਡੇ ਹੁਣ MSP ਦਾ ਐਲਾਨ ਕਰਦੇ ਆ, ਜਿਹੜਾ ਵਾਧਾ ਹੁੰਦਾ ਵਾ, ਇਹਨਾਂ ਦੀ ਪਹਿਲੋਂ ਕਮੇਟੀਆਂ ਬਣੀਆਂ ਹੋਈਆਂ, ਇਹ ਸਾਰਾ ਕੈਲਕੂਲੇਟ ਕਰਦੇ ਆ, ਡਾਟਾ ਕੈਲਕੂਲੇਟ ਡਾਟਾ ਕਰਕੇ ਫਿਰ ਸਾਡੀ MSP ਡਿਕਲੇਅਰ ਕਰਦੇ ਆ। ਅਸੀਂ ਕਿਹਾ ਵੀ ਤੁਸੀਂ MSP 23 ਫਸਲਾਂ 'ਤੇ ਵੈਸੇ ਹੀ ਡਿਕਲੇਅਰ ਕਰਦੇ ਹੋ, ਉਹ 'ਚ ਤਾਂ ਕੋਈ ਰੌਲਾ ਨਹੀਂ ਹੈਗਾ, ਤੁਸੀਂ ਉਹਦੇ 'ਤੇ ਲੀਗਲ ਗਰੰਟੀ ਦੇ ਦਿਓ ਸਾਨੂੰ ਵੀ ਬਸ ਹੁਣ ਤੁਹਾਡੀ ਮੰਡੀ ਦੇ ਵਿੱਚ ਇਹ ਘੱਟ ਰੇਟ 'ਤੇ ਨਹੀਂ ਵਿਕੂਗੀ, ਇਹ ਦੇਸ਼ ਭਰ ਦੇ ਕਿਸਾਨਾਂ ਦੀ ਜਿਹੜੀ ਮੰਡੀ ਵਿੱਚ ਹੁੰਦੀ ਲੁੱਟ ਆ ਉਹ ਬੰਦ ਹੋ ਜੂਗੀ। ਪਰ ਉਹ ਇਹਦੇ 'ਤੇ ਬਿਲਕੁਲ ਤਿਆਰ ਨਹੀਂ ਹੈਗੇ, ਨਾ ਉਹ 'ਤੇ ਆ। ਹਾਂ, C250 'ਤੇ ਕੋਈ ਚਰਚਾ ਹੋ ਸਕਦੀ ਆਪੋ ਚੋਦੀ ਵੀ C250 'ਤੇ ਕੀ ਇਨਪੁੱਟਸ ਤੈਅ ਕਰਨੇ ਆ, ਕਿਵੇਂ ਉਹਨੂੰ ਲਾਗੂ ਲੱਗਣਾ ਵਾ, ਪਰ MSP ਖਰੀਦ ਦੀ ਗਰੰਟੀ 'ਤੇ 23 ਫਸਲਾਂ ਦੀ ਅਨਾਊਂਸਮੈਂਟ ਹੋ ਰਹੀ ਆ, ਉਹਦੇ 'ਤੇ ਸਾਨੂੰ ਨਹੀਂ ਲੱਗਦਾ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈਗੀ ਇਹਨੂੰ ਦੇਣ ਦੀ। ਇਹ ਅਸੀਂ ਘੱਟੋ ਘੱਟ 1.5-2 ਘੰਟੇ ਇਸ ਮਸਲੇ 'ਤੇ ਹੀ ਚਰਚਾ ਚੱਲੀ, ਇਸ ਮਸਲੇ 'ਤੇ ਰਿੜਕਿਆ ਗਿਆ, ਇਸ ਮਸਲੇ 'ਤੇ ਰੌਲਾ ਪਿਆ, ਪਰ ਉਹਦਾ ਕੋਈ ਸਾਰਥਕ ਮਤਲਬ ਸਿੱਟਾ ਨਹੀਂ ਨਿਕਲਿਆ ਹੈਗਾ। ਇਸੇ ਤਰ੍ਹਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਵੀ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਹੈਗਾ। ਔਰ ਮਤਲਬ ਬਾਕੀ ਚੀਜ਼ਾਂ 'ਤੇ ਵੀ, ਭਾਵੇਂ ਗੰਨੇ 'ਤੇ ਵੀ ਸੀਗਾ ਸਾਡਾ, ਕੋਈ ਉਹਨਾਂ ਕੋਲ ਠੋਸ ਹੱਲ ਨਹੀਂ ਸੀ ਹੈਗਾ। ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫ਼ੀ 'ਤੇ ਵੀ ਉਹ ਕਹਿੰਦੇ ਆ ਵੀ ਪਤਾ ਕਰੀਏ ਕਿੰਨਾ ਲੋਨ, ਦੱਸੋ ਸਰਕਾਰ ਨੂੰ ਸਾਡੇ ਲੋਨ ਦਾ ਨਹੀਂ ਪਤਾ ਹੈਗਾ, ਆਪਾਂ ਪਿਛਲੀ 8 ਨੂੰ ਮੀਟਿੰਗ 14 ਦਿਨਾਂ 'ਚ ਪਤਾ ਲੱਗ ਜਾਣਾ ਸੀ। ਮਤਲਬ ਸਾਰੀਆਂ ਗੱਲਾਂ ਤੋਂ ਐਂ ਲੱਗਦਾ ਸੀ ਜਿਵੇਂ ਸਾਡੇ ਅੰਦੋਲਨ ਨੂੰ ਅੱਗੇ ਟਾਲਣਾ ਚਾਹੁੰਦੇ ਆ, ਖੜਨਾ ਚਾਹੁੰਦੇ ਆ। ਚੱਲ ਅਸੀਂ ਬਜਿੱਦ ਨਹੀਂ ਸੀ ਹੈਗੇ, ਅਸੀਂ ਨਹੀਂ ਸੀ ਚਾਹੁੰਦੇ, ਅਸੀਂ ਵੇਟ ਵੀ ਕਰ ਸਕਦੇ ਸੀ ਆਪਣੇ ਲੋਕਾਂ ਨਾਲ, ਪਰ ਸਾਨੂੰ ਕੁਛ ਦਿੰਦੇ ਤਾਂ ਸਹੀ, ਕੋਈ ਕਰਜ਼ੇ 'ਤੇ ਐਲਾਨ ਕਰ ਦਿੰਦੇ, ਕੋਈ MSP ਖਰੀਦ ਦੀ ਗਰੰਟੀ ਦਾ ਵਾਅਦਾ ਕਰਦੇ, ਚੱਲ ਅਸੀਂ ਕਹਿ ਲੈਂਦੇ ਵੀ ਅਸੀਂ 2 ਦਿਨ ਵੇਟ ਕਰ ਲੈਂਦੇ ਹਾਂ। ਪਰ ਮੈਨੂੰ ਨਹੀਂ ਲੱਗਿਆ ਵੀ ਉਹਨਾਂ ਨੇ ਕੋਈ ਸਾਡੇ ਹੱਥ ਚੀਜ਼ ਫੜਾਈ ਹੈਗੀ ਆ ਜਿਹਦੇ ਕਰਕੇ ਅਸੀਂ ਵੇਟ ਕਰੀਏ। ਅਸੀਂ ਅਜੇ ਮਿਸ਼ਰਾ ਟੈਣੀ ਦੀ ਗੱਲ ਕਹੀ ਸੀ ਵੀ ਉਹ 120B ਦੇ ਪਰਚੇ 'ਚ ਆ, 1 ਮਹੀਨਾ ਰਹਿ ਗਿਆ ਸਰਕਾਰ ਕੋਲ, ਉਹਨੂੰ ਮੰਤਰੀ ਮੰਡਲ 'ਚੋਂ ਅਸਤੀਫਾ ਹੀ ਲੈ ਲਓ ਉਹਦੇ ਕੋਲ, ਉਹਦੇ 'ਤੇ ਐਰੀਟੇਟ ਹੋ ਗਏ ਮੰਤਰੀ ਸਾਹਿਬਾਨ, ਨਹੀਂ ਸੀ ਮਤਲਬ ਉਹਨਾਂ ਨੂੰ ਲੱਗਦਾ ਵੀ ਇਹ ਠੀਕ ਹੈਗਾ। ਚਲੋ ਉਹਨਾਂ ਦੀ ਮਰਜ਼ੀ ਹੈਗੀ ਆ। ਕੇਸ ਵਾਪਸ ਲੈਣ ਵਾਲੀ ਗੱਲ ਜ਼ਰੂਰ ਅੱਗੇ ਤੁਰੀ ਸੀਗੀ ਵੀ 3,3600 ਕੇਸ ਸੀਗਾ, ਉਹਨਾਂ ਦੇ ਮੁਤਾਬਕ ਦਾਅਵੇ ਮੁਤਾਬਕ 3,000 ਵਾਪਸ ਲੈ ਲਿਆ। ਚੱਲ ਇਹ ਪੜਤਾਲ ਦਾ ਵਿਸ਼ਾ ਸੀ, ਚਲੋ ਕੇਸਾਂ 'ਤੇ ਕੁਝ ਗੱਲ ਅੱਗੇ ਵਧੀ ਸੀਗੀ, ਉਹ ਗੱਲ ਸਿਰੇ ਲੱਗਦੀ ਨਜ਼ਰ ਆਉਂਦੀ ਸੀ। ਬਾਕੀ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਜਾਂ ਮੁਆਵਜ਼ੇ ਦੀ ਗੱਲ, ਉਹ ਕਹਿੰਦੇ ਸੀ ਵੀ ਅਸੀਂ ਇਹ ਗੱਲ ਕਹੀ ਨਹੀਂ, ਇਹ ਸੂਬਿਆਂ ਨੇ ਦੇਣਾ ਸੀ, ਤੁਹਾਡਾ ਪੰਜਾਬ ਹੀ ਇਕੱਲਾ ਮੰਨਿਆ ਸੀ ਵੀ ਨੌਕਰੀਆਂ ਦੇਣੀਆਂ। ਅਸੀਂ ਕਿਹਾ ਤੁਹਾਡੀ ਚਿੱਠੀ ਵਿੱਚ ਲਿਖਿਆ ਸੀ ਪੰਜਾਬ ਦੇ ਪੈਟਰਨ 'ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਕਿਸਾਨ ਸ਼ਹੀਦ ਹੈ ਨੌਕਰੀਆਂ ਦਿੱਤੀਆਂ ਜਾਣਗੀਆਂ। ਹਰਿਆਣੇ 'ਚ ਤਾਂ ਮੁਆਵਜ਼ਾ ਮਿਲ ਗਿਆ ਪਰ ਨੌਕਰੀ ਨਹੀਂ ਕਿਸੇ ਨੂੰ ਮਿਲੀ, ਉੱਥੇ ਵੀ ਸਾਰਿਆਂ ਨੂੰ ਹਜੇ ਮੁਆਵਜ਼ਾ ਵੀ ਨਹੀਂ ਮਿਲਿਆ ਹੈਗਾ। ਤਾਂ ਇਹ ਤੋਂ ਗਾਂ ਬਿਜਲੀ ਐਕਟ 'ਤੇ ਲੰਮੀ ਚਰਚਾ ਹੋਈ ਆ, ਮਤਲਬ ਗਲਤ ਬਿਆਨਬਾਜ਼ੀ ਵੀ ਸਾਡੇ ਨਾਲ ਕਰਦੇ ਨਜ਼ਰ ਆਏ ਨੇ ਆਪਣਾ ਮੰਤਰੀ। ਅਸੀਂ ਜੀ ਇਹ ਸਟੈਂਡਿੰਗ ਕਮੇਟੀ 'ਚ ਭੇਜ ਤਾ ਜੀ, ਉਹ ਤਾਂ ਜੀ ਹੁਣ ਸੰਸਦ ਭੰਗ ਹੋ ਗਈ, ਬਿੱਲ ਤਾਂ ਆਇਆ ਹੀ ਨਹੀਂ ਜੀ। ਅਤੇ ਅਸੀਂ ਕਿਹਾ ਵੀ ਦੱਸੋ ਚਿੱਪ ਵਾਲੇ ਮੀਟਰ ਕਿਹੜੇ ਪਾਸੋਂ ਲੱਗੀ ਜਾਂਦੇ ਨੇ, ਤੁਸੀਂ ਸੁਧਾਰ ਤਾਂ ਕਰੀ ਜਾਂਦੇ ਛੋਟਾ ਛੋਟਾ ਕਰਕੇ। ਤਾਂ ਪੀਯੂਸ਼ ਗੋਇਲ ਜੀ ਮਹਿਕਮੇ ਵੱਲੋਂ ਜਿਹੜਾ MCOM ਨੂੰ ਨਿੱਜੀਕਰਨ ਕਰਨ ਦਾ ਜਿਹੜਾ ਸੀ ਪਾਵਰ ਸੈਕਟਰ ਨੂੰ ਕੀਤਾ ਗਿਆ, ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ। ਅਸੀਂ ਕਿਹਾ ਜਿੱਦਣ ਪੰਜਾਬ ਰਾਜ ਬਿਜਲੀ ਬੋਰਡ ਸੀ ਜਾਂ ਜਿੱਦਣ ਵੀ ਦੇਸ਼ ਭਰ ਵਿੱਚ ਸੂਬਿਆਂ ਦੇ ਬੋਰਡ ਸੀਗੇ, ਉਹ ਜਦੋਂ ਅਸੀਂ 2000 ਬਿਜਲੀ ਐਕਟ 3 ਲਿਆਂਦਾ, ਉਸ ਨੀਤੀ ਤਹਿਤ ਸਾਰੇ ਬਿਜਲੀ ਬੋਰਡਾਂ ਦਾ ਪ੍ਰਾਈਵੇਟਾਈਜ਼ੇਸ਼ਨ ਹੋਇਆ ਵਾ।
ਔਰ ਉਹਦੇ ਬਾਅਦ ਪ੍ਰਾਈਵੇਟ ਥਰਮਲ ਪਲਾਂਟ ਆਏ ਹੈਗੇ ਆ ਸਾਡੇ। ਸਰਕਾਰੀ ਥਰਮਲ ਪਲਾਂਟ 4 ਰੁਪਈਏ ਦੇ ਕਰੀਬ ਸਾਨੂੰ ਬਿਜਲੀ ਦਿੰਦੇ ਸੀ, ਜਿਹੜੇ ਪ੍ਰਾਈਵੇਟ ਖੇਤਰ ਵਿੱਚ ਲੱਗੇ ਉਹ 7 ਰੁਪਈਏ ਬਿਜਲੀ ਸਾਨੂੰ ਦਿੰਦੇ ਰਹੇ। ਸੋ ਖਪਤਕਾਰਾਂ ਦੀ ਵੱਡੇ ਪੱਧਰ ਤੇ ਲੁੱਟ ਹੋਈ ਹੈਗੀ ਆ। ਸੋ ਇਹ ਵੀ ਸਾਡੇ ਸਾਹਮਣੇ ਇਹ ਚਰਚਾ ਹੋਈ ਸੀ, ਇਹਦਾ ਵੀ ਕੋਈ ਠੋਸ ਜਵਾਬ ਨਹੀਂ। ਆ ਪੋਲੂਸ਼ਨ ਐਕਟ ਦੇ ਵਿੱਚੋਂ ਕਹਿੰਦੇ ਪਰਾਲੀ ਨੂੰ ਗਾਲ ਕੱਢਦਾ ਜੀ, ਅਸੀਂ ਇਹ ਅਫੈਂਸ ਜਿਹੜਾ ਵਾ ਕ੍ਰਿਮੀਨਲ ਰੱਖਿਆ ਹੀ ਨਹੀਂ ਹੈਗਾ। ਪਰ ਫਿਰ ਅਸੀਂ ਕਿਹਾ ਵੀ ਇਹ ਕੀ ਹੋ ਗਿਆ। ਤੋ ਇਸ ਕਰਕੇ ਉਹਨਾਂ ਕੋਲ ਇਸ ਗੱਲ ਦਾ ਵੀ ਜਵਾਬ ਨਹੀਂ ਸੀ ਹੈਗਾ ਵੀ ਅਸੀਂ ਕਿਹਾ ਖੇਤੀ ਸੈਕਟਰ ਨੂੰ ਬਾਹਰ ਕੱਢੋ, ਮੌਕੇ ਤੇ ਕੋਈ ਜਵਾਬ ਨਹੀਂ ਸੀ ਹੈਗਾ। ਇਹ ਵੀ ਤੁਸੀਂ ਸੁਣ ਲਿਆ। ਬਾਕੀ ਫਸਲੀ ਬੀਮਾ ਯੋਜਨਾ ਵਾ ਉਹ ਆਪਣੇ ਸਿਰ ਤੇ ਕਰਨੀ ਹੈਗੀ ਆ, ਉੱਥੇ ਕੋਈ ਸਹਿਮਤੀ WTO ਤੋਂ ਭਾਰਤ ਬਾਹਰ ਆਵੇ ਉੱਥੇ ਚਰਚਾ ਚ ਨਹੀਂ ਸੀ ਪੈਣਾ ਚਾਹੁੰਦੇ। ਅਸੀਂ ਕਿਹਾ ਖੇਤੀ ਸੈਕਟਰ ਨੂੰ ਬਾਹਰ ਕੱਢ ਲਓ, ਤੋ ਉਹ ਆਪਣੀਆਂ ਦਲੀਲਾਂ ਦਿੰਦੇ ਹੈਗੇ ਆ। ਔਰ ਇਹਦੋਂ ਗਾਂ ਜਿਹੜਾ ਕਿਸਾਨ ਤੇ ਖੇਤ ਮਜ਼ਦੂਰ 60 ਸਾਲ ਦਾ ਹੋ ਜਾਂਦਾ ਉਹਦੇ ਤੇ ਸਾਡਾ ਹੈਗਾ ਤੁਹਾਨੂੰ 10,000 ਪੈਨਸ਼ਨ ਦਿੱਤੀ ਜਾਵੇ ਪ੍ਰਤੀ ਮਹੀਨਾ, ਉੱਤੇ ਵੀ ਕੋਈ ਨਹੀਂ। ਮਜ਼ਦੂਰਾਂ ਦੀ ਜਿਹੜੀ ਨਰੇਗਾ ਵਾ 200 ਦਿਨ ਜਾਂ ਉਹਦੇ ਤੇ 700 ਰੁਪਇਆ ਦਿਹਾੜੀ ਹੋਵੇ ਉਹਦੇ ਤੇ ਕੋਈ ਬੋਲੇ ਹੀ ਨਹੀਂ ਹੈਗੇ, ਜਾਣੀ ਉਹਦੇ ਤੇ ਗੱਲ ਰੱਖ ਬੋਲੇ ਹੀ ਨਹੀਂ ਹੈਗੇ। ਤੋ ਇਸ ਤਰੀਕੇ ਨਾਲ ਜਿਹੜੀਆਂ 10 ਸੂਤਰੀ ਮੰਗ ਪੱਤਰ ਸੀਗਾ, ਬੇਸ਼ੱਕ ਗੰਨੇ ਵਾਲਾ ਇਸ਼ੂ ਵੀ ਸੀਗਾ, ਬਾਹਲੀ ਕੋਈ ਸਰਕਾਰ ਵੱਲੋਂ ਸਵਾਏ ਕੇਸਾਂ ਤੋਂ ਗੱਲ ਗਾਂਹ ਵਧਾਉਣ ਤੋਂ ਇਲਾਵਾ ਬਹੁਤੀ ਕੋਈ ਸਾਨੂੰ ਸੁਹਿਰਦਤਾ ਨਜ਼ਰ ਨਹੀਂ ਆ ਗਈ ਹੈਗੀ। ਤੋ ਇਸ ਕਰਕੇ ਫਿਰ ਅਸੀਂ 5 ਘੰਟੇ ਤਾਂ ਹੀ ਬੈਠੇ ਰਹੇ ਵੀ ਆਪਾਂ ਨਾ ਕਹੀਏ ਵੀ ਕਿਸਾਨ ਲੀਡਰ ਮੀਟਿੰਗ 'ਚ ਉੱਠ ਕੇ ਚਲੇ ਗਏ ਜਾਂ ਕਿਸਾਨ ਲੀਡਰ ਮੀਟਿੰਗ ਤੋੜਨਾ ਚਾਹੁੰਦੇ ਆ। ਸਾਡਾ ਭਰਸਕ ਯਤਨ ਸੀਗਾ ਵੀ ਇਸ ਮਸਲੇ ਦਾ ਕੋਈ ਨਾ ਕੋਈ ਠੋਸ ਹੱਲ ਆਪਾਂ ਲੈ ਕੇ ਜਾਈਏ, ਜਿੱਡੀ ਵੱਡੀ ਮੁਹਿੰਮ ਆ ਦੇਸ਼ ਪੱਧਰ ਦੀ, ਜਿੱਡਾ ਵੱਡਾ ਇਹ ਅੰਦੋਲਨ ਆ। ਇਹਦੇ ਬਾਵਜੂਦ ਅਸੀਂ ਗੱਲ ਰੱਖਿਆ ਹਰਿਆਣੇ ਵਾਲੀ ਗੱਲ ਟਕਾ ਕੇ ਕੀਤੀ, ਹਰਿਆਣਾ ਇੱਕ ਕਸ਼ਮੀਰ ਵਾਦੀ 'ਚ ਜਿਵੇਂ ਕੀਤਾ ਹੋਵੇ, ਹਰਿਆਣੇ ਦੇ ਪਿੰਡਾਂ 'ਚ ਜਿਵੇਂ ਵਾਟਰ ਕੈਨਨ ਲੈ ਕੇ ਜਿਵੇਂ ਪੁਲਿਸ ਦੀਆਂ ਧਾੜਾਂ ਘੁੰਮ ਰਹੀਆਂ ਹੈਗੀਆਂ ਨੇ, ਗਾਂਹ ਜਿਹੜੇ ਆਗੂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਡੇ ਮੁੰਡੇ ਦੀ MBBS ਨਹੀਂ ਹੋਣ ਦਿਆਂਗੇ, ਤੁਹਾਡੇ ਮੁੰਡੇ ਦੀ +2 ਨਹੀਂ ਹੋਣ ਦਿਆਂਗੇ, ਤੁਹਾਡੇ ਮੁੰਡੇ ਦੀ ਜ਼ਿੰਦਗੀ ਖਰਾਬ ਕਰ ਦਿਆਂਗੇ, ਜ਼ਮੀਨਾਂ ਦੀਆਂ ਕੁਰਕੀਆਂ ਕਰ ਦਾਂਗੇ, ਡੀਜ਼ਲ ਭਰਨ ਤੋਂ ਮਨਾਹੀ ਕੀਤੀ ਗਈ ਆ, ਸਾਰੀਆਂ ਲਿਸਟਾਂ ਬਣਦੀਆਂ, ਪਟਵਾਰੀ ਜਿਹੜੇ ਆ ਉਹ ਘਰਾਂ 'ਚ ਜਾ ਕੇ ਨੋਟਿਸ ਲਾ ਰਹੇ ਹੈਗੇ। ਜਿਹੜੀ ਦੁਨੀਆਂ ਦਾ ਸਭ ਤੋਂ ਵੱਡਾ ਤਸ਼ੱਦਦ ਹਰਿਆਣੇ ਦੇ ਢਾਇਆ ਜਾ ਰਿਹਾ ਸੀ, ਕਿਹਾ ਤੁਸੀਂ ਕਸ਼ਮੀਰ ਦੀ ਵਾਦੀ 'ਚ ਕਸ਼ਮੀਰ ਨਾਲ ਤੁਸੀਂ ਹੁਣ ਐਂ ਟ੍ਰੀਟ ਕਰ ਰਹੇ ਜੀ ਹਰਿਆਣੇ ਨੂੰ। ਔਰ ਸਾਨੂੰ ਇਸ ਗੱਲ ਦਾ ਯਕੀਨ ਵੀ ਆ ਵੀ ਹਰਿਆਣੇ ਨੇ ਹੀ ਸਾਨੂੰ ਰਾਹ ਦੇਣਾ, ਰਾਹ ਵੀ ਬੰਦ ਆ ਹਰਿਆਣੇ ਨੇ, ਰਾਹ ਵੀ ਦੇਣੇ ਆ, ਬੜੇ ਪੁਰਾਮਣ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਇਹ ਕੰਮ ਹੋਊਗਾ। ਤੋ ਦੇਸ਼ ਦਾ ਕਿਸਾਨ ਉਹਨਾਂ ਦੇ ਨਾਲ ਖੜਾ। ਔਰ ਛਾਪੇ ਮਾਰੀਆਂ ਪਤਾ ਨਹੀਂ ਕਿੰਨੀਆਂ ਛਾਪੇ ਮਾਰੀਆਂ, ਮਤਲਬ ਲੋਕਾਂ ਐਂ ਦਹਿਸ਼ਤ ਜਿਹਾ ਮਾਹੌਲ, ਦਿੱਲੀ 'ਚੋਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਹੜੇ ਕਿਸਾਨ ਆ ਰਹੇ ਸੀ ਮੱਧ ਪ੍ਰਦੇਸ਼ ਤੋਂ ਉਹਨਾਂ ਨੂੰ ਰੋਕਿਆ, 300 ਕਿਸਾਨ ਡਿਟੇਨ ਸੀਗੇ ਕੱਲ ਕੀਤਾ, ਉੱਥੇ ਆਗੂ ਛਡਾਏ ਹੈਗੇ ਅਸੀਂ ਗੱਲ ਕਹਿ ਕੇ ਵੀ ਆਗੂ ਮੀਟਿੰਗ 'ਚ ਨਹੀਂ ਆਉਣਗੇ ਕਿੱਦਾਂ। ਇਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਇੱਕ ਕਿਸਾਨ ਆਗੂ ਦੀ ਘਰ ਵਾਲੀ ਨੂੰ ਜਿਸ ਤਰ੍ਹਾਂ ਧੂ ਕੇ ਖਿੱਚਿਆ ਗਿਆ, ਉਹਦੇ ਸਿਰ ਤੇ ਸੱਟ ਲੱਗੀ ਹੈਗੀ ਆ, ਉਹ ਬੀਬੀਆਂ ਲੈ ਕੇ ਦਿੱਲੀ ਨੂੰ ਆ ਰਹੀ ਸੀ ਹੈਗੀ। ਉਹ ਪੂਰੇ ਦੇਸ਼ ਤੋਂ ਕਿਸਾਨ ਨਿਕਲਿਆ ਹੈਗਾ ਇਹਨਾਂ ਦੇ ਵਿਰੁੱਧ। ਉੜੀਸਾ ਦੇ ਵਿੱਚ 100 ਟਿਕਟਾਂ ਬੁੱਕ ਕਰਾਈਆਂ ਸੀ, ਫਿਰ ਕਿਸਾਨਾਂ ਨੂੰ ਥੱਲੇ ਲਿਆ ਗਿਆ। ਨਿਤੀਸ਼ ਕੁਮਾਰ ਜਿਹੜੇ ਨਵੇਂ ਗਏ ਆ ਭਾਜਪਾ ਦੇ ਨਾਲ, ਉਹਨਾਂ ਨੇ ਗੱਡੀਆਂ 'ਚ ਨਹੀਂ ਚੜ੍ਹ ਦਿੱਤੇ ਬਿਹਾਰ ਦੇ ਵਿੱਚੋਂ ਕਿਸਾਨ, ਉੱਥੇ ਵੀ ਯਤਨ ਕੀਤਾ ਡਿਟੇਨ ਕਰਦਾ। ਪਰ ਸਾਰੇ ਥਾਵਾਂ ਤੇ ਜਿਹੜੀਆਂ ਸਾਡੇ ਤੋਂ ਤਾਮਿਲਨਾਡੂ ਹੋਵੇ ਕਿ ਸਾਰੇ ਥਾਵਾਂ ਤੇ ਲੋਕ ਨਿਕਲ ਰਹੇ ਆ ਦਿੱਲੀ ਵੱਲ ਨੂੰ ਕੁਛ ਕਰਨ, ਅਸੀਂ ਕਿਹਾ ਨਹੀਂ ਕਰੋੜਾਂ ਇਹ ਹੋ ਜਾਣਾ ਵਾ ਕੁਛ, ਸਾਰੇ ਥਾਵਾਂ ਤੇ ਲੋਕ ਪੂਰੀ ਤਰ੍ਹਾਂ ਯੂਪੀ ਦੇ ਵਿੱਚ ਵੀ ਇਹਨਾਂ ਨੇ ਪੂਰੇ ਜ਼ਿਲ੍ਹੇ ਕੀਤੇ ਹੋਏ ਆ, ਪਰ ਪੂਰੀ ਤਰ੍ਹਾਂ ਲੋਕ ਡਟੇ ਹੋਏ ਨੇ, ਅੱਗੇ ਵੱਧ ਰਹੇ ਨੇ। ਉਹ ਸਾਰੀਆਂ ਗੱਲਾਂ ਵੀ ਇੰਨਾ ਤਸ਼ੱਦਦ ਤੁਹਾਡਾ ਹੁੰਦਿਆਂ ਹੋਇਆਂ ਵੀ ਅਸੀਂ ਗੱਲਬਾਤ ਨਹੀਂ ਤੋੜ ਰਹੇ, ਗੱਲਬਾਤ ਦੇ ਵਿੱਚ ਆ ਰਹੇ ਹਾਂ, ਗੱਲਬਾਤ ਤੁਹਾਡੇ ਨਾਲ ਕਰ ਰਹੇ, ਕਿਉਂ ਕਰ ਰਹੇ ਹਾਂ।
ਇਸ ਕਰਕੇ ਕਰ ਰਹੇ ਹਾਂ ਵੀ ਇਹਦਾ ਕੋਈ ਨਾ ਕੋਈ ਸਾਰਥਕ ਹੱਲ ਕੱਢ ਸਕੀਏ। ਪਰ ਕੇਂਦਰ ਸਰਕਾਰ ਨਾਕਾਮਯਾਬੀ ਉਹਦੀ ਸਾਰੀ ਮਨਸ਼ਾ ਇਸ ਅੰਦੋਲਨ ਨੂੰ ਅੱਗੇ ਕਰਨ ਦੀ। ਸੋ ਇਸ ਕਰਕੇ ਜਿੰਨੇ ਵੀ ਪੰਜਾਬ ਦੇ ਸਾਡੇ ਕਿਸਾਨ ਮਜ਼ਦੂਰ ਹੋਰ ਸਿਵਲ ਸੁਸਾਇਟੀ ਨੌਜਵਾਨ ਸਾਰਿਆਂ ਨੂੰ ਬੇਨਤੀ ਆ ਵੀ ਹੁਣ ਅਸੀਂ ਇਹਦੋਂ ਬਾਅਦ ਹੁਣ ਸਾਰੀ ਜਿਹੜੀ ਫੌਜ ਪਿੱਛੋਂ ਆ ਰਹੀ ਆ ਬਸ ਉਹਨਾਂ ਦੀ ਵੇਟ ਹੈਗੀ ਹੈ, ਸਾਰੇ ਇਕੱਠੇ ਹੋਣਾ ਵਾ ਫਿਰ ਗਾਂ ਤੁਰਨਾ ਵਾ। ਤੋ ਇਸ ਕਰਕੇ ਬੜੀ ਪੁਰਅਮਨ ਤੇ ਡਿਸਿਪਲਨ ਦੇ ਵਿੱਚ ਰਹਿਣਾ ਹੈਗਾ। ਅੱਜ ਅਸੀਂ ਇੱਥੇ ਲੋਕਲ ਲੋਕ ਜਿਹੜੇ ਪਿੰਡਾਂ ਚੋਂ ਵੱਡੇ ਪੱਧਰ ਤੇ ਲੰਗਰ ਸਾਜੋ ਸਮਾਨ ਸਭ ਕੁਛ ਸਾਨੂੰ ਦੇ ਰਹੇ, ਬੜਾ ਲੋਕਾਂ ਦਾ ਸਹਿਯੋਗ ਆ, ਹਜ਼ਾਰਾਂ ਹਜ਼ਾਰਾਂ ਲੱਖਾਂ ਵਰਗੇ ਇਕੱਠ ਜਿਹੜੇ ਆ ਇਹ ਆਪਣੇ ਬਾਰਡਰਾਂ ਤੇ ਹੁਣ ਨਜ਼ਰ ਆਉਣੇ ਹੈਗੇ ਜਿਹੜੇ ਹਿਸਾਬ ਨਾਲ ਲੋਕ ਕਰ ਰਹੇ। ਸੋ ਜਿੰਨੇ ਵੀ ਜਥੇਬੰਦੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਸੁਣ ਰਹੇ ਆ, ਚਾਹੇ ਸ਼ੰਭੂ ਬਾਰਡਰ ਆ ਚਾਹੇ ਹੋਰ ਕੋਈ ਬਾਰਡਰ ਆ, ਤੋ ਸਾਰੇ ਵੱਧ ਤੋਂ ਵੱਧ ਜਿਹੜੇ ਕੋਈ ਪਿੱਛੇ ਰਹਿ ਗਏ ਆ, ਇੱਕ ਵੱਡਾ ਹਿੱਸਾ ਸਾਡਾ ਆ ਗਿਆ, ਉਹਨਾਂ ਨੂੰ ਬੇਨਤੀ ਆ ਵੀ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇਹ ਸ਼ੰਭੂ ਬਾਰਡਰ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਬਾਕੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਪੀਲ ਕਰਦਾ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਚਾਹੇ ਰਾਏ ਸਾਹਿਬ ਦੀ ਜਥੇਬੰਦੀ ਉਹਨਾਂ ਦੇ ਵਰਕਰਾਂ ਨੂੰ ਬੇਨਤੀ ਆ, ਬੀਕੇ ਜੂ ਬਰਹਾਮਕੇ ਆ ਕਿਸਾਨ ਮਜ਼ਦੂਰ ਮੋਰਚਾ ਵਾ, ਚਾਹੇ ਇੱਧਰੋਂ ਪਟਿਆਲੇ ਤੋਂ ਭੰਡੀ ਸਾਹਿਬ ਨੇ, ਬੀਕੇ ਜੂ ਆਜ਼ਾਦ ਦੇ ਨੇ, ਬੀਕੇ ਜੂ ਕ੍ਰਾਂਤੀਕਾਰੀਆਂ ਦੇ ਸਾਡੇ ਸਾਥੀ ਨੇ, ਆਪਣਾ ਕਿਸਾਨ ਮਜ਼ਦੂਰ ਹਿੱਤਕਾਰੀ ਜਥੇਬੰਦੀ ਹੈਗੀ ਆ। ਤੋ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਨਾਲ ਜੁੜੀਆਂ ਹੈਗੀਆਂ ਉਹਨਾਂ ਸਾਰੇ ਵਰਕਰਾਂ ਨੂੰ ਬੇਨਤੀ ਆ ਵੀ ਬਾਰਡਰਾਂ ਵੱਲ ਨੂੰ ਹਰਿਆਣੇ ਦਿਆਂ ਨੂੰ ਜੇ ਕੋਈ ਪਿੱਛੇ ਰਹਿ ਗਿਆ ਤਾਂ ਕੂਚ ਕਰੇ ਤਾਂ ਜੋ ਅਸੀਂ ਸਫਲਤਾ ਨਾਲ ਇਹ ਕੰਮ ਕਰ ਸਕੀਏ। ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।